ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ। ਸਭ ਤੋਂ ਪਹਿਲਾਂ ਰਾਠੀ ਕਲਾ ਕੇਂਦਰ ਚੈਨਲ ਨੂੰ ਪਿਆਰ ਕਰਨ ਵਾਲੇ ਮੇਰੇ ਰੱਬ ਵਰਗੇ ਦਰਸ਼ਕ, ਮੇਰੀਆਂ ਭੈਣਾਂ, ਮੇਰੇ ਵੀਰ, ਮੇਰੇ ਪਿਤਾ ਸਮਾਨ ਬਜ਼ੁਰਗ, ਛੋਟੇ ਛੋਟੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ। ਜੋ ਕਿ ਤੁਸੀਂ ਰਾਠੀ ਦੀ ਕਲਾ ਨੂੰ ਬੇਹੱਦ ਪਿਆਰ ਕਰਦੇ ਹੋ। ਅੱਜ ਵੀਰੋ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਬਹੁਤ ਹੀ ਵੱਡੀ ਕਲਾ ਦੇ ਮਾਲਕ, ਮੈਥੋਂ ਹਜ਼ਾਰਾਂ ਗੁਣੇ ਵੱਡੇ ਕਲਾਕਾਰ, ਮੇਰੇ ਵੀਰ ਬਿਕਰਮਜੀਤ ਸਿੰਘ ਜੀ। ਅੱਡਾ ਭੀਖੀ ਪਿੰਡ ਪੱਟੀ ਰੋਡ, ਜ਼ਿਲ੍ਹਾ ਤਰਨ ਤਾਰਨ ਤੋਂ ਇਹ ਵੀਰ ਨੇ, ਜਿਨ੍ਹਾਂ ਨੇ ਗੱਡੀ ਤਿਆਰ ਕੀਤੀ ਹੈ। ਸਾਡੇ ਵੀਰ ਜੀ ਫਾਈਬਰ ਦੀਆਂ ਗੱਡੀਆਂ ਬਣਾਉਂਦੇ ਨੇ, ਬੜੀਆਂ ਹੀ ਕਮਾਲ ਤੋਂ ਕਮਾਲ, ਜਿੰਨੀਆਂ ਵੀ ਭਾਰਤ ਵਿੱਚ ਚੱਲਦੀਆਂ ਗੱਡੀਆਂ, ਸਾਰੀਆਂ ਸਟੇਟਾਂ ਦੀਆਂ ਉਹ ਗੱਡੀਆਂ ਤਿਆਰ ਕਰਦੇ ਨੇ। ਇਹ ਗੱਡੀ ਜਿਹੜੀ ਤੁਸੀਂ ਵੇਖ ਰਹੇ ਹੋ, ਸਾਰੀ ਵੀਰ ਨੇ ਬਿਕਰਮਜੀਤ ਸਿੰਘ ਜੀ ਨੇ ਆਪਣੇ ਹੱਥੀਂ ਤਿਆਰ ਕੀਤੀ ਹੈ। ਚਾਸੀ ਤੋਂ ਲੈ ਕੇ ਟਾਇਰਾਂ ਤੱਕ, ਕੈਬਨ, ਟਾਕੀਆਂ ਖੁੱਲਦੀਆਂ ਅੜਦੀਆਂ, ਇੰਡੀਕੇਟਰ ਇਸ ਦੇ ਚੱਲਦੇ, ਹਰ ਬੱਤਾ, ਹਰ ਬਾਲਾ ਤੁਸੀਂ ਵੇਖ ਰਹੇ ਹੋ ਜਿਸ ਤਰ੍ਹਾਂ ਗੱਡੀ 'ਤੇ ਲੱਗਿਆ ਹੁੰਦਾ, ਪੌੜੀਆਂ ਚੜ੍ਹਨ ਵਾਸਤੇ। ਉਸ ਤੋਂ ਬਾਅਦ ਟਾਇਰ, ਸਟਿੱਪਣੀ, ਕੋਈ ਵੀ ਇਹੋ ਜਿਹਾ ਪਾਰਟ ਨਹੀਂ ਹੋਣਾ ਜਿਹੜਾ ਸਾਡੇ ਵੀਰ ਨੇ ਨਾ ਲਾਇਆ ਹੋਵੇ। ਅਤੇ ਇਹਨੂੰ ਇਲੈਕਟ੍ਰੋਨਿਕ ਵੀ ਕੀਤਾ ਸਾਡੇ ਵੀਰ ਨੇ ਬਿਕਰਮਜੀਤ ਸਿੰਘ ਨੇ, ਜੋ ਕਿ ਇਹਦੇ ਇੰਡੀਕੇਟਰ ਵੀ ਚੱਲਦੇ ਨੇ। ਅਤੇ ਬਹੁਤ ਹੀ ਕਮਾਲ ਦੀ ਕਲਾ ਹੈ, ਜਿਸ ਨੂੰ ਮੇਰਾ ਦਿਲ ਲੱਖਾਂ ਵਾਰ ਸਜਦਾ ਕਰਦਾ ਹੈ। ਇਹੋ ਜਿਹੇ ਕਲਾਕਾਰਾਂ ਨੂੰ ਮਾਲਕ ਤਰੱਕੀਆਂ ਦੇਵੇ, ਹੋਰ ਲੰਮੀਆਂ ਉਮਰਾਂ ਕਰੇ ਮੇਰੇ ਵੀਰ ਦੀਆਂ। ਇਹ ਗੱਡੀਆਂ ਇੱਕ ਦਿਨ ਹਿੰਦੁਸਤਾਨ ਦੇ ਵਿੱਚ ਮਸ਼ਹੂਰ ਹੋਣ, ਕਿ ਸਾਥੋਂ ਵੀਰ ਤੋਂ ਬਣ ਨਾ ਪਾ ਸਕਣ, ਇੰਨੀਆਂ ਗੱਡੀਆਂ ਵੀਰ ਦੀ ਡਿਮਾਂਡ ਹੋਵੇ। ਮੈਂ ਆਸ ਕਰਦਾ ਜਿਹੜੇ ਵੀਰ ਮੈਨੂੰ ਕਮੈਂਟ ਕਰਦੇ ਹੁੰਦੇ ਆ ਚੈਨਲ ਦੇ ਉੱਤੇ ਕਿ ਵੀਰ ਜੀ ਤੁਸੀਂ ਗੱਡੀ ਬਣਾਓ, ਮੈਂ ਵਾਅਦਾ ਤਾਂ ਨਹੀਂ ਕਰਦਾ, ਜਿੱਦ ਕਿਤੇ ਮਾਲਕ ਨੇ ਕਿਰਪਾ ਕੀਤੀ, ਤੁਹਾਡਾ ਪਿਆਰ ਇੰਨਾ ਹੈ ਕਿ ਇੱਕ ਦਿਨ ਜ਼ਰੂਰ ਬਣਾਵਾਂਗੇ। ਪਰ ਮੈਂ ਨਹੀਂ ਕਹਿੰਦਾ ਵਿਕਰਮਜੀਤ ਸਿੰਘ ਵਰਗੀ ਆਪਾਂ ਗੱਡੀ ਬਣਾ ਲਾਂਗੇ, ਕੋਸ਼ਿਸ਼ ਜ਼ਰੂਰ ਕਰਾਂਗੇ। ਪਰ ਵੀਰੋ, ਜਿਨ੍ਹਾਂ ਨੂੰ ਇਹ ਗੱਡੀ ਦੀ ਲੋੜ ਹੋਵੇ, ਉਹ ਸਾਡੇ ਵੀਰ ਬਿਕਰਮਜੀਤ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਨੇ। ਉਹਨਾਂ ਦਾ ਨੰਬਰ ਹੈ 8196968 8196968 14762 14762। ਵੀਰ ਜੀ ਨਾਲ ਸੰਪਰਕ ਕਰ ਸਕਦੇ ਹੋ, ਜਿਨ੍ਹਾਂ ਵੀਰਾਂ ਨੇ ਗੱਡੀ ਤਿਆਰ ਕਰਵਾਉਣੀ ਹੋਵੇ। ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ, ਵੱਧ ਤੋਂ ਵੱਧ ਕਮੈਂਟ ਕਰਿਓ, ਵੀਰ ਦੀ ਹੌਸਲਾ ਅਫਜਾਈ ਕਰਿਓ, ਤਾਂ ਜੋ ਕਿ ਵੀਰ ਦੀ ਹੋਰ ਕਲਾ ਦੇ ਵਿੱਚ ਨਿਖਾਰ ਆਵੇ। ਇਸ ਕਲਾ ਨੂੰ ਮੇਰੀ ਤਾਂ ਲੱਖ ਵਾਰ ਸਲਾਮ ਹੈ ਕਿ ਵੀਰੋ, ਬਹੁਤ ਦੇਖਣੀ ਚੀਜ਼ ਬੜੀ ਸੌਖੀ ਹੁੰਦੀ ਹੈ ਅਤੇ ਬਣਾਉਣੀ ਬਹੁਤ ਔਖੀ ਹੁੰਦੀ ਹੈ। ਬਹੁਤ ਹੀ ਵੱਡੀ ਕਲਾ ਮੇਰੇ ਵੀਰ ਦੀ, ਮੈਂ ਤਾਂ ਸਜਦਾ ਕਰਦਾ ਵੀਰ ਨੂੰ। ਵੱਧ ਤੋਂ ਵੱਧ ਕਮੈਂਟ ਕਰਕੇ ਵੀਰ ਦਾ ਹੌਸਲਾ ਅਫਜਾਈ ਕਰਿਓ, ਰਾਠੀ ਕਲਾ ਕੇਂਦਰ ਚੈਨਲ ਨੂੰ ਸਬਸਕ੍ਰਾਈਬ ਕਰਿਓ, ਤਾਂ ਜੋ ਕਿ ਮੈਂ ਤੁਹਾਨੂੰ ਹੋਰ ਨਵੀਆਂ ਕਲਾਕ੍ਰਿਤੀਆਂ, ਹੋਰ ਵੱਖਰੇ ਕਲਾਕਾਰਾਂ ਦੀਆਂ ਤੁਹਾਨੂੰ ਕਲਾਕ੍ਰਿਤੀਆਂ ਸ਼ੇਅਰ ਕਰਾਂ, ਸਭ ਦੀ ਕਲਾ ਅੱਗੇ ਆਵੇ ਵੀਰੋ। ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ, ਜੋ ਕਿ ਤੁਸੀਂ ਵੇਖਦੇ ਇੱਧਰਲਾ ਕੰਨ ਵੀ ਲੱਗ ਚੁੱਕੇ, ਇੱਧਰਲਾ ਕੰਨ ਵੀ ਲੱਗ ਚੁੱਕੇ, ਤਿਆਰ ਹੋ ਚੁੱਕਿਆ ਤੁਹਾਡਾ।